ਸ਼ਿਕਾਗੋ ਦੇ ਵਿੱਚ ਸ਼ੋਅ ਕਰਨ ਪਹੁੰਚੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀਆਂ ਬਚਪਨ ਦੀਆਂ ਯਾਦਾਂ ਉਸ ਵੇਲੇ ਤਾਜ਼ਾ ਹੋ ਗਈਆਂ ਜਦੋਂ ਦੋਸਾਂਝਾਂ ਕਲਾਂ 'ਚ ਗਵਾਂਢ 'ਚ ਰਹਿੰਦੀ ਉਹਨਾਂ ਦੀ ਬੱਬੀ ਭੈਣ ਸ਼ਿਕਾਗੋ ਸ਼ੋਅ 'ਤੇ ਉਹਨਾਂ ਨੂੰ ਮਿਲੀ। ਦਲਜੀਤ ਦੋਸਾਂਝ ਨੇ ਦੱਸਿਆ ਹੈ ਕਿ ਬੱਬੀ ਭੈਣ ਦੇ ਹੱਥਾਂ 'ਚ ਹੀ ਉਸਨੇ ਆਪਣਾ ਬਚਪਨ ਗੁਜ਼ਾਰਿਆ ਸੀ ਅਤੇ ਬੱਬੀ ਭੈਣ ਨੇ ਹੀ ਉਸਨੂੰ ਗੁੜ ਦੇ ਨਾਲ ਰੋਟੀ ਖਾਣ ਲਾਇਆ ਸੀ। ਦਲਜੀਤ ਦੋਸਾਂਝ ਨੇ ਲਿਖਿਆ ਕਿ ਜਦੋਂ ਬੱਬੀ ਭੈਣ ਆਪਣੇ ਪੂਰੇ ਪਰਿਵਾਰ ਦੇ ਨਾਲ ਅਮਰੀਕਾ ਚਲੇ ਗਈ ਤਾਂ ਉਹ ਕਾਫ਼ੀ ਦਿਨ ਉਹਨਾਂ ਨੂੰ ਯਾਦ ਕਰਕੇ ਰੋਂਦੇ ਰਹੇ। ਉਹਨਾਂ ਲਿਖਿਆ ਕਿ ਮੈਨੂੰ ਲੱਗਿਆ ਕਿ ਬੱਬੀ ਭੈਣ ਦੇ ਅਮਰੀਕਾ ਜਾਣ ਦੇ ਨਾਲ ਜਿਵੇਂ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਸੀ। ਇਹ ਸ਼ਾਇਦ ਪਹਿਲਾ ਲੈਸਨ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ। ਉਹਨਾਂ ਆਖਿਆ ਕਿ ਬੱਬੀ ਭੈਣ ਨੂੰ ਸ਼ਿਕਾਗੋ ਸ਼ੋਅ 'ਤੇ ਦੇਖ ਕੇ ਬਹੁਤ ਖੁਸ਼ੀ ਮਿਲੀ ਅਤੇ ਉਹ ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਦੇ ਨੇ। ਦਲਜੀਤ ਦੋਸਾਂਝ ਨੇ ਆਪਣੇ ਗਵਾਂਢ 'ਚ ਰਹਿੰਦੀ ਆਪਣੀ ਭੈਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ, ਜਿੱਥੇ ਆਪਣੀ ਮੂੰਹ ਬੋਲੀ ਭੈਣ ਦੇ ਪੈਰੀ ਹੱਥ ਲਾ ਕੇ ਦਲਜੀਤ ਦੋਸਾਂਝ ਉਹਨਾਂ ਨੂੰ ਨਿਉਂਕੇ ਮਿਲਦੇ ਵੀ ਨਜ਼ਰ ਆਏ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਸ਼ਿਕਾਗੋ ਦੇ ਵਿੱਚ ਸ਼ੋਅ ਕਰਨ ਪਹੁੰਚੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀਆਂ ਬਚਪਨ ਦੀਆਂ ਯਾਦਾਂ ਉਸ ਵੇਲੇ ਤਾਜ਼ਾ ਹੋ ਗਈਆਂ ਜਦੋਂ ਦੋਸਾਂਝਾਂ ਕਲਾਂ 'ਚ ਗਵਾਂਢ 'ਚ ਰਹਿੰਦੀ ਉਹਨਾਂ ਦੀ ਬੱਬੀ ਭੈਣ ਸ਼ਿਕਾਗੋ ਸ਼ੋਅ 'ਤੇ ਉਹਨਾਂ ਨੂੰ ਮਿਲੀ। ਦਲਜੀਤ ਦੋਸਾਂਝ ਨੇ ਦੱਸਿਆ ਹੈ ਕਿ ਬੱਬੀ ਭੈਣ ਦੇ ਹੱਥਾਂ 'ਚ ਹੀ ਉਸਨੇ ਆਪਣਾ ਬਚਪਨ ਗੁਜ਼ਾਰਿਆ ਸੀ ਅਤੇ ਬੱਬੀ ਭੈਣ ਨੇ ਹੀ ਉਸਨੂੰ ਗੁੜ ਦੇ ਨਾਲ ਰੋਟੀ ਖਾਣ ਲਾਇਆ ਸੀ। ਦਲਜੀਤ ਦੋਸਾਂਝ ਨੇ ਲਿਖਿਆ ਕਿ ਜਦੋਂ ਬੱਬੀ ਭੈਣ ਆਪਣੇ ਪੂਰੇ ਪਰਿਵਾਰ ਦੇ ਨਾਲ ਅਮਰੀਕਾ ਚਲੇ ਗਈ ਤਾਂ ਉਹ ਕਾਫ਼ੀ ਦਿਨ ਉਹਨਾਂ ਨੂੰ ਯਾਦ ਕਰਕੇ ਰੋਂਦੇ ਰਹੇ। ਉਹਨਾਂ ਲਿਖਿਆ ਕਿ ਮੈਨੂੰ ਲੱਗਿਆ ਕਿ ਬੱਬੀ ਭੈਣ ਦੇ ਅਮਰੀਕਾ ਜਾਣ ਦੇ ਨਾਲ ਜਿਵੇਂ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਸੀ। ਇਹ ਸ਼ਾਇਦ ਪਹਿਲਾ ਲੈਸਨ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ। ਉਹਨਾਂ ਆਖਿਆ ਕਿ ਬੱਬੀ ਭੈਣ ਨੂੰ ਸ਼ਿਕਾਗੋ ਸ਼ੋਅ 'ਤੇ ਦੇਖ ਕੇ ਬਹੁਤ ਖੁਸ਼ੀ ਮਿਲੀ ਅਤੇ ਉਹ ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਦੇ ਨੇ। ਦਲਜੀਤ ਦੋਸਾਂਝ ਨੇ ਆਪਣੇ ਗਵਾਂਢ 'ਚ ਰਹਿੰਦੀ ਆਪਣੀ ਭੈਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ, ਜਿੱਥੇ ਆਪਣੀ ਮੂੰਹ ਬੋਲੀ ਭੈਣ ਦੇ ਪੈਰੀ ਹੱਥ ਲਾ ਕੇ ਦਲਜੀਤ ਦੋਸਾਂਝ ਉਹਨਾਂ ਨੂੰ ਨਿਉਂਕੇ ਮਿਲਦੇ ਵੀ ਨਜ਼ਰ ਆਏ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਸ਼ਿਕਾਗੋ ਦੇ ਵਿੱਚ ਸ਼ੋਅ ਕਰਨ ਪਹੁੰਚੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀਆਂ ਬਚਪਨ ਦੀਆਂ ਯਾਦਾਂ ਉਸ ਵੇਲੇ ਤਾਜ਼ਾ ਹੋ ਗਈਆਂ ਜਦੋਂ ਦੋਸਾਂਝਾਂ ਕਲਾਂ 'ਚ ਗਵਾਂਢ 'ਚ ਰਹਿੰਦੀ ਉਹਨਾਂ ਦੀ ਬੱਬੀ ਭੈਣ ਸ਼ਿਕਾਗੋ ਸ਼ੋਅ 'ਤੇ ਉਹਨਾਂ ਨੂੰ ਮਿਲੀ। ਦਲਜੀਤ ਦੋਸਾਂਝ ਨੇ ਦੱਸਿਆ ਹੈ ਕਿ ਬੱਬੀ ਭੈਣ ਦੇ ਹੱਥਾਂ 'ਚ ਹੀ ਉਸਨੇ ਆਪਣਾ ਬਚਪਨ ਗੁਜ਼ਾਰਿਆ ਸੀ ਅਤੇ ਬੱਬੀ ਭੈਣ ਨੇ ਹੀ ਉਸਨੂੰ ਗੁੜ ਦੇ ਨਾਲ ਰੋਟੀ ਖਾਣ ਲਾਇਆ ਸੀ। ਦਲਜੀਤ ਦੋਸਾਂਝ ਨੇ ਲਿਖਿਆ ਕਿ ਜਦੋਂ ਬੱਬੀ ਭੈਣ ਆਪਣੇ ਪੂਰੇ ਪਰਿਵਾਰ ਦੇ ਨਾਲ ਅਮਰੀਕਾ ਚਲੇ ਗਈ ਤਾਂ ਉਹ ਕਾਫ਼ੀ ਦਿਨ ਉਹਨਾਂ ਨੂੰ ਯਾਦ ਕਰਕੇ ਰੋਂਦੇ ਰਹੇ। ਉਹਨਾਂ ਲਿਖਿਆ ਕਿ ਮੈਨੂੰ ਲੱਗਿਆ ਕਿ ਬੱਬੀ ਭੈਣ ਦੇ ਅਮਰੀਕਾ ਜਾਣ ਦੇ ਨਾਲ ਜਿਵੇਂ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਸੀ। ਇਹ ਸ਼ਾਇਦ ਪਹਿਲਾ ਲੈਸਨ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ। ਉਹਨਾਂ ਆਖਿਆ ਕਿ ਬੱਬੀ ਭੈਣ ਨੂੰ ਸ਼ਿਕਾਗੋ ਸ਼ੋਅ 'ਤੇ ਦੇਖ ਕੇ ਬਹੁਤ ਖੁਸ਼ੀ ਮਿਲੀ ਅਤੇ ਉਹ ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਦੇ ਨੇ। ਦਲਜੀਤ ਦੋਸਾਂਝ ਨੇ ਆਪਣੇ ਗਵਾਂਢ 'ਚ ਰਹਿੰਦੀ ਆਪਣੀ ਭੈਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ, ਜਿੱਥੇ ਆਪਣੀ ਮੂੰਹ ਬੋਲੀ ਭੈਣ ਦੇ ਪੈਰੀ ਹੱਥ ਲਾ ਕੇ ਦਲਜੀਤ ਦੋਸਾਂਝ ਉਹਨਾਂ ਨੂੰ ਨਿਉਂਕੇ ਮਿਲਦੇ ਵੀ ਨਜ਼ਰ ਆਏ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੁੰਦੀਆਂ ਦਿਖਾਈ ਦੇ ਰਹੀਆਂ ਨੇ।